ਕੀ ਤੁਸੀਂ ਮੋਬਾਈਲ ਫੋਨ ਰੱਖਣ ਦੇ ਸ਼ੌਂਕੀ ਹੋ? ਜੇਕਰ ਸ਼ੌਂਕੀ ਹੋ ਤਾਂ ਆਹ ਦੇਖ ਲਵੋ, ਚੋਰਾਂ ਨੇ ਕਿਵੇਂ ਦੇਖਣ ਨੂੰ ਮੁੰਡੇ ਜਿਹੇ ਲੱਗ ਰਹੇ ਇਹਨਾਂ ਚੋਰਾਂ ਨੇ ਮੋਬਾਈਲ ਫੋਨ ਦੀ ਦੁਕਾਨ ਦੇ ਵਿੱਚ ਵੜ ਕੇ ਜੋ ਸੀਸੀਟੀਵੀ ਕੈਮਰਿਆਂ ਦੇ ਵਿੱਚ ਹਰਕਤ ਕੈਦ ਹੋ ਗਈ ਹੈ, ਇਹ ਤੁਹਾਨੂੰ ਹੈਰਾਨ ਪਰੇਸ਼ਾਨ ਕਰ ਸਕਦੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਰਾਮਨਗਰ ਅਮਰਪੁਰਾ ਬਸਤੀ ਦੇ ਮੇਨ ਰੋਡ ਮਾਲਵਾ ਸਰਵਿਸ ਸੈਂਟਰ ਤੇ ਮੋਬਾਈਲ ਸ਼ੋਰੂਮ ਦੇ ਵਿੱਚੋਂ 18 ਤੋਂ 20 ਲੱਖ ਰੁਪਏ ਦੀ ਚੋਰੀ ਹੋ ਗਈ। ਚੋਰਾਂ ਦੇ ਵੱਲੋਂ 54 ਮੋਬਾਈਲ, 6 LED ਅਤੇ 2 ਦੇਸੀ ਅਤੇ 1.25 ਲੱਖ ਕੈਸ਼, 60 ਪ੍ਰੈਸਾਂ ਲੈ ਕੇ ਇਹ ਛੋਟੀ ਉਮਰ ਦੇ ਮੁੰਡੇ ਰਫੂ ਚੱਕਰ ਹੋ ਗਏ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਪਹਿਲਾਂ ਦੁਕਾਨ ਦਾ ਸ਼ਟਰ ਤੋੜਦੇ ਨੇ ਅਤੇ ਉਸ ਤੋਂ ਬਾਅਦ ਅੰਦਰ ਜਾ ਕੇ ਇੱਕ ਇੱਕ ਸਮਾਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਇੱਕ CCTV ਦੇ ਵਿੱਚ ਚਿੱਟੇ ਰੁਮਾਲ ਜਿਸ ਦੇ ਮੂੰਹ ਤੇ ਬੰਨਿਆ ਹੋਇਆ ਹੈ, ਉਸ ਦੀਆਂ ਅੱਖਾਂ ਤੋਂ ਸਾਫ਼ ਨਜ਼ਰ ਆ ਜਾਂਦਾ ਹੈ ਕਿ ਇਹ ਮੁੰਡਾ ਦੇਖਣ ਦੇ ਵਿੱਚ ਕਿਸ ਤਰ੍ਹਾਂ ਦਾ ਲੱਗਦਾ ਹੋਵੇਗਾ। ਭਾਵੇਂ ਕਿ ਇਸ ਬਾਬਤ ਦੁਕਾਨਦਾਰਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਕੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ, ਇਸ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਭੋਲਾ ਭੋਲਾ ਜ਼ਿਆਦਾ ਕਹਿੰਦੇ ਜੀ, ਸਿੰਗਲਾ ਐਂਟਰਪ੍ਰਾਈਜ਼ ਆਪਣੀ ਸ਼ੋਪ ਦਾ ਨਾਮ ਹੈ ਜੀ, ਠੀਕ ਹੈ ਜੀ। ਸਾਡੇ ਲਵੇ ਤੜਕੇ 5 ਵਜੇ ਫੋਨ ਆਇਆ ਜੀ, ਰਾਹਗੀਰੀ ਜਿਹੜੀ ਕਿ ਸ਼ੈਰ ਕਰਨ ਜਾਂਦੇ ਹੈਗੇ, ਕਹਿੰਦੇ ਸਿੰਗਲਾ ਥੋੜ੍ਹਾ ਸ਼ੈਟਰ ਟੁੱਟਿਆ ਪਿਆ ਹੈਗਾ। ਮੈਂ ਨੀਚੇ ਆਇਆ ਜੀ, ਸ਼ੈਟਰ ਜਿਹੜਾ ਟੁੱਟਿਆ ਹੋਇਆ ਸੀ ਉਹ ਪਲਾਟ 'ਚ ਰੱਖਿਆ ਪਿਆ ਜੀ ਇੱਕ ਸਾਈਡ 'ਤੇ। ਜਦੋਂ ਫਿਰ ਬੇਟੇ ਉਰੀ ਨੀਚੇ ਆਏ ਜੀ, LCD-ਆਂ ਅਤੇ AC ਵਗੈਰਾ ਜਿਹੜੀ ਫਿਟਿੰਗ ਸੀ ਉਹ ਪੱਟੀ ਹੋਈ ਸੀ ਸਾਰੀ ਜੀ। ਜਿਹੜੇ 54 ਫੋਨ ਸੀਗੇ ਸਾਰੇ ਕੰਪਨੀ ਦੇ GST ਨੰਬਰ 'ਤੇ ਸਾਰੇ ਜੀ, 54 ਦੇ 54 ਫੋਨ ਜਿਹੜੇ ਕਿ ਨਵੇਂ ਡੱਬੇ ਬੰਦ ਉਹ ਲੈ ਕੇ ਗਏ ਆ ਜੀ, ਪੁਰਾਣਾ ਕੋਈ ਨਹੀਂ ਲੈ ਕੇ ਗਏ ਜੀ। 1,25,000 ਰੁਪਇਆ ਕੈਸ਼ ਸੀ ਆ ਗੱਲੇ ਜੀ, ਉਹ ਬਿਲਕੁਲ ਵੀਡੀਓ ਆ ਗਈ ਜੀ, ਗੁੱਟੀਆਂ ਪਾਈਆਂ ਜੇਬ ਦੇ ਵਿੱਚ ਸਾਰਾ ਕੁਝ ਜੀ, ਉਹ ਨਾਲ ਦੇ ਨਾਲ ਆ ਗਿਆ ਜੀ। ਬਾਕੀ ਅਜੇ ਸਾਡੀ ਸਮਾਨ ਦੀ ਲਿਸਟ ਜਾ ਰਹੀ, 60 ਪ੍ਰੈਸ ਹੈ ਜੀ, 60 ਜੀ, 3 ਜੂਸਰ ਹੈ ਜੀ, 7-8 LCD-ਆਂ ਜੀ। ਜੇ ਗੱਲ ਕਰੀਏ ਟੋਟਲ ਕਿੰਨੇ ਕੁ ਦਾ ਨੁਕਸਾਨ ਹੋਇਆ? 18 ਤੋਂ 20 ਲੱਖ ਤੱਕ ਜੀ। ਅੱਛਾ, ਮੌਕੇ ਤੇ ਪੁਲਿਸ ਪਹੁੰਚੀ ਸੀਗੀ, ਕੀ ਆਸ਼ਵਾਸਨ ਦੇ ਕੇ ਗਈ? ਪੁਲਿਸ ਆਈ, 5-6 ਜਣੇ ਆਏ ਜੀ, 5-6 ਗਰੁੱਪ ਆਏ ਪੁਲਿਸ ਦੇ ਜੀ, ਸਾਰੇ 6 ਵਜੇ ਆ ਗਏ ਸੀ ਪੁਲਿਸ ਜੀ। ਉਦੋਂ ਬਾਅਦ ਜੋ ਦੂਜੇ ਆਏ ਸੀ ਜਿਹੜੇ ਕਿ ਉਹ, ਹਾਂਜੀ ਉਹ ਆਏ ਜੀ, ਮੈਂ ਨਿਸ਼ਾਨ ਨਿਸ਼ੂਨ ਲੈ ਕੇ ਗਏ ਜੀ, ਉਹਨਾਂ ਦੀ ਗੱਡੀ ਆਈ ਸੀ ਵੱਡੀ ਜੀ, ਉਹ ਆਪਦੀ ਕਾਰਵਾਈ ਕਰਕੇ ਚਲੇ ਗਏ ਸਾਰਾ ਕੁਝ। ਕੀ ਲੱਗਦਾ ਪੁਲਿਸ ਰਿਕਵਰ ਕਰੇਗੀ, ਫੜ ਲੇਗੀ? ਇਹਦਾ ਦੇਖੋ ਜੀ, ਉਹਨੂੰ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਜੀ, ਕੀ ਕਰਦੇ ਹੈ ਕੀ ਨਹੀਂ ਕਰਦੇ ਜੀ।